ਗੁੱਡ ਮਾਰਨਿੰਗ ਸਟੂਡੈਂਟਸ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਪਾਂ ਕੰਨਾ ਸਿਹਾਰੀ ਅਤੇ ਬਿਹਾਰੀ ਮਾਤਰਾ ਕਰ ਚੁੱਕੇ ਹਾਂ ਅਤੇ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਮਾਤਰਾਵਾਂ ਨੂੰ ਚੰਗੀ ਤਰ੍ਹਾਂ ਪੜ ਚੁੱਕੇ ਹੋਵੋਗੇ ਅੱਜ ਅਸੀਂ ਇਹਨਾਂ ਮਾਤਰਾਵਾਂ ਨਾਲ ਸੰਬੰਧਿਤ ਵਰਕ ਪਹੇਲੀ ਕਰਨ ਜਾ ਰਹੇ ਹਾਂ ਵਰਕ ਪਹੇਲੀ ਮੀਨਸ ਕਰਾਸ ਵਰਡ ਵਰਕ ਪਹੇਲੀ ਵਿੱਚ ਦੋ ਮਾਤਰਾਵਾਂ ਦਿੱਤੀਆਂ ਹੋਣਗੀਆਂ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਮਾਤਰਾਵਾਂ ਨੂੰ ਵੇਖਣਾ ਹੈ ਅਤੇ ਫੇਰ ਵਰਤ ਪਹੇਲੀ ਵਿੱਚੋਂ ਸ਼ਬਦ ਲੱਭਨੇ ਹਨ ਵਰਤ ਪਹੇਲੀ ਵਿੱਚ ਸਿਰਫ ਅੱਖਰ ਹੀ ਦਿੱਤੇ ਗਏ ਹਨ ਇਹਨਾਂ ਅੱਖਰਾਂ ਨਾਲ ਉੱਪਰ ਦਿੱਤੀਆਂ ਮਾਤਰਾਵਾਂ ਲਗਾ ਕੇ ਤੁਸੀਂ मीनिंगफुल ਵਰਡ ਬਣਾਉਣੇ ਹਨ ਸ਼ਬਦ ਦੋ ਤਰੀਕੇ ਨਾਲ ਬਣਾਏ ਜਾ ਸਕਦੇ ਹਨ ਉੱਪਰ ਤੋਂ نیچے मींस ਅਪ ਟੂ ਡਾਊਨ ਜਾਂ ਖੱਬੇ ਤੋਂ ਸੱਜੇ मींस ਲੈਫਟ ਟੂ ਰਾਈਟ ਤੁਸੀਂ ਕ੍ਰੋਸ ਵਿੱਚ ਜਾਂ نیچے ਤੋਂ ਉੱਪਰ ਜਾਂ ਸੱਜੇ ਤੋਂ ਖੱਬੇ ਸ਼ਬਦ ਨਹੀਂ ਬਣਾਉਣੇ ਹਨ ਜਿਵੇਂ ਪਹਿਲਾ ਪ੍ਰਸ਼ਨ ਹੈ ਹੇ ਦਿੱਤੇ ਵਰਗ ਵਿੱਚੋਂ ਪੰਨਾ ਤੇ ਸਿਹਾਰੀ ਮਾਤਰਾ ਲਗਾ ਕੇ ਸ਼ਬਦ ਲੱਭੋ ਤੇ ਲਿਖੋ ਇਹਦੇ ਵਿੱਚ ਦੋ ਮਾਤਰਾਵਾਂ ਦਿੱਤੀਆਂ ਨੇ ਕੰਨਾ ਅਤੇ ਸਿਹਾਰੀ ਮਾਤਰਾ ਤੁਸੀਂ ਇਹਨਾਂ ਅੱਖਰਾਂ ਦੇ ਨਾਲ ਇਹ ਦੋਨੋਂ ਮਾਤਰਾਵਾਂ ਲਗਾ ਕੇ ਸ਼ਬਦਾਂ ਨੂੰ ਬਣਾਉਣਾ ਹੈ ਜਿਵੇਂ ਸਸਾ ਰਾਰਾ ਕਕਾ ਰਾਰਾ ਇਹ ਚਾਰ ਸ਼ਬ ਅੱਖਰਾਂ ਦੇ ਨਾਲ ਅਗਰ ਕਕੇ ਦੇ ਨਾਲ ਕੰਨਾ ਦੀ ਮਾਤਰਾ ਲਗਾ ਦਈਏ ਤਾਂ ਵਰਡ ਕੀ ਬਣ ਜਾਂਦਾ ਹੈ ਸਰਕਾਰ ਇਸੇ ਤਰ੍ਹਾਂ ਕਕੇ ਨੂੰ ਕੰਨਾ ਰਾਰਾ ਕਾਰ ਸਾਰਾ ਸਸੇ ਨੂੰ ਕੰਨਾ ਦੀ ਮਾਤਰਾ ਰਾਰੇ ਨੂੰ ਕੰਨਾ ਦੀ ਮਾਤਰਾ ਸਾਰਾ ਮਾਲਾ ਮਾਮਾ ਅਨਾਰ ਟਮਾਟਰ ਇਸ ਤਰ੍ਹਾਂ ਤੁਸੀਂ ਕੰਨਾ ਮਾਤਰਾ ਵਾਲੇ ਸ਼ਬਦ ਬਣਾ ਸਕਦੇ ਹੋ ਤੇ ਸਿਹਾਰੀ ਮਾਤਰਾ ਵਾਲੇ ਸ਼ਬਦ ਅਗਰ ਆਪਾਂ ਸਸੇ ਨੂੰ ਸਿਹਾਰੀ ਦੀ ਮਾਤਰਾ ਲਗਾ ਦੇਈਏ ਰਾਰਾ ਸਿਰ ਮਿਲ ਮੰਮੇ ਨੂੰ ਸਿਹਾਰੀ ਦੀ ਮਾਤਰਾ ਰਾਰਾ ਚਾਚਾ ਮੇਢ ਉਸ ਤੋਂ ਬਾਅਦ picnic ਕਿਸ਼ ਮੇਸ਼ ਇਹ ਸੰਿਹਾਰੀ ਮਾਤਰਾ ਵਾਲੇ ਸ਼ਬਦ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਹੇਠ ਦਿੱਤੇ ਵਰਗ ਵਿੱਚੋਂ ਕੰਨਾ ਤੇ ਬਿਹਾਰੀ ਮਾਤਰਾ ਲਗਾ ਕੇ ਸ਼ਬਦ ਲੱਭ ਕੇ ਲਿਖੋ ਇਹਦੇ ਵਿੱਚ ਦੋ ਮਾਤਰਾਵਾਂ ਕਿਹੜੀਆਂ ਹਨ ਕੰਨਾ ਅਤੇ ਬਿਹਾਰੀ ਮਾਤਰਾ ਹੁਣ ਤੁਸੀਂ ਇਹਨਾਂ ਅੱਖਰਾਂ ਦੇ ਨਾਲ ਕੰਨਾ ਅਤੇ ਬਿਹਾਰੀ ਮਾਤਰਾ ਲਗਾਉਣੀ ਹੈ ਅਤੇ ਸ਼ਬਦਾਂ ਨੂੰ ਬਣਾਉਣਾ ਹੈ ਇਹ ਤੁਹਾਡੀ ਪ੍ਰੈਕਟਿਸ ਲਈ ਵਰਕਪਹਿਲੀ ਦਿੱਤੀ ਗਈ ਹੈ ਅਤੇ ਤੁਸੀਂ ਇਸ ਨੂੰ ਆਪਣੇ ਆਪ ਸੋਲਵ ਕਰਨਾ ਹੈ ਨੈਕਸਟ ਪ੍ਰਸ਼ਨ ਹੈ ਮਾਤਰਾਵਾ ਦੇ ਚਿੰਨ ਮਾਤਰਾਵਾ ਦੇ ਚਿੰਨ ਮੀਨਸ ਕੀ ਹੁੰਦਾ ਹੈ ਸਾਈਨ ਚਿੰਨ ਮੀਨਸ ਸਾਈਨ ਕਿ ਤੁਸੀਂ ਮਾਤਰਾ ਨੂੰ ਕਿਵੇਂ ਲਿਖਦੇ ਹੋ ਜਿਵੇਂ ਕਿ ਹੁਣ ਆਪਾਂ ਚਾਰ ਮਾਤਰਾਵਾ ਕਰ ਚੁੱਕੇ ਹਾਂ ਪਹਿਲੀ ਹੈ ਮੁਕਤਾ ਮੁਕਤਾ ਦਾ ਚਿੰਨ ਕੋਈ ਚਿੰਨ ਨਹੀਂ ਹੁੰਦਾ ਇਸ ਦਾ ਜਦੋਂ ਆਪਾਂ ਅੱਖਰਾਂ ਨੂੰ ਮਿਲਾ ਕੇ ਚਾਹੇ ਉਹ ਦੋ ਅੱਖਰ ਹੈ ਚਾਹੇ ਤਿੰਨ ਹੈ ਚਾਹੇ ਚਾਰ ਹੈ ਅੱਖਰਾਂ ਨੂੰ ਮਿਲਾ ਕੇ ਸ਼ਬਦ ਬਣਾ ਲੈਂਦੇ ਹਾਂ ਇੱਕ मीनिंगफुल ਵਰਡ ਬਣਾ ਲੈਂਦੇ ਹਾਂ ਕੋਈ ਚਿੰਨ ਉਸ ਦੇ ਨਾਲ ਨਹੀਂ ਲੱਗਦਾ ਉਸ ਨੂੰ ਮੁਕਤਾ ਸ਼ਬਦ ਕਿਹਾ ਜਾਂਦਾ ਹੈ ਦੂਸਰੀ ਹੈ ਕੰਨਾ ਮਾਤਰਾ ਜਿਹਦੀ ਆਵਾਜ਼ ਆ ਹੈ ਅਤੇ ਉਸ ਦੇ ਸ਼ਬਦ ਕਾਰ ਗਮਲਾ ਤੁਸੀਂ ਕੋਈ ਵੀ ਕੰਨਾ ਦੇ ਮਾਤਰਾ ਵਾਲੇ ਸ਼ਬਦ ਲਿਖ ਸਕਦੇ ਹੋ ਸਿਹਾਰੀ ਮਾਤਰਾ ਸਿਹਾਰੀ ਮਾਤਰਾ ਦਾ ਚਿੰਨ ਦੇਖੋ इसकी आवाज़ ई है शब्द सिर किस्म, बिहारी मात्रा बिहारी मात्रा की आवाज़ उसका चिन्ह की है वीर अते जल्दी ये सन उसके शब्द तुसी इसनू अपनी नोटबुक उत्ते बहुत सुंदर सुंदर लिखाई लिखना है धन्यवाद।